ਚੰਨੀ ਕੋਲੇ ਕੱਚੇ ਦੇ ਆਪਕ ਗਏ ਕਿ ਚੰਨੀ ਸਾਹਿਬ ਸਾਨੂੰ ਪੱਕੇ ਕਰ ਦੋ ਚੰਨੀ ਸਾਹਿਬ ਕਹਿੰਦੇ ਕਿਆ ਗੱਲ ਕਰ ਰਿਹਾ ਯਾਰ ਮੈਂ ਤਾਂ ਆਪ ਕੱਚਾ ਫਿਰਦਾ ਮੇਰੇ ਤਾਂ ਆਪ ਨਹੀਂ ਪਤਾ ਮੈਨੂੰ ਮੇਰਾ ਕੀ ਹੋਣਾ ਸਰਕਸ ਬਣ ਗਈ ਪੰਜਾਬ ਦੀ ਜਿਹੜੀ ਗਵਰਨਮੈਂਟ ਹੈ ਉਹ ਨਾਲ ਦੀ ਨਾਲ ਕਹਿ ਦਿੰਦੇ ਆ ਲੈ ਵੀ ਇੱਥੋਂ ਤਾਂ ਫਿਰ ਆਹ ਹੋਊਗਾ ਉਹ ਮੋੜੇ ਤੇ ਹੱਤਰ ਕੇ ਟਿਕਟਾਂ ਵੰਡਣ ਲੱਗ ਗਏ ਚੰਨੀ ਸਾਹਿਬ ਜਿੱਥੇ ਜਾਂਦੇ ਉਹ ਆਪਦੇ ਕੋਟੇ ਦੀਆਂ ਟਿਕਟਾਂ ਵੰਡਦੇ ਆ ਮੇਰੇ ਹੁੰਦਿਆਂ ਨਹੀਂ ਹੋ ਸਕਦਾ ਮਾਇਰੀਆਂ ਕਰਨ ਦੇਣਾ ਠੋਕੋ ਤਾਲੀ ਇਹ ਅਸਲ ਠੋਕੋ ਤਾਲੀ ਨਹੀਂ ਠੋਕੋ ਕਾਂਗਰਸ ਚੱਲ ਰਿਹਾ ਕੰਮ ਚੰਨੀ ਦੀ ਜਾਖੜ ਨਾਲ ਨਹੀਂ ਬਣਦੀ ਜਾਖੜ ਦੀ ਬਾਜਵੇ ਨਾਲ ਨਹੀਂ ਬਣਦੀ ਬਾਜਵੇ ਦੀ ਰੰਧਾਵੇ ਨਾਲ ਨਹੀਂ ਬਣਦੀ ਰੰਧਾਵੇ ਦੀ ਸਿੱਧੂ ਨਾਲ ਨਹੀਂ ਬਣਦੀ ਤੇ ਸਿੱਧੂ ਦੀ ਕਿਸੇ ਨਾਲ ਵੀ ਨਹੀਂ ਬਣਦੀ ਔਰ ਸਾਰੇ ਜਣੇ ਕਿਸੇ ਨਾ ਕਿਸੇ ਕਮੇਟੀ ਦੇ ਪ੍ਰਧਾਨ ਨੇ ਜਾਖੜ ਕੈਂਪੇਨ ਕਮੇਟੀ ਦਾ ਪ੍ਰਧਾਨ ਹੈ ਉਹਦੇ ਅੰਡਰ ਚੰਨੀ ਤੇ ਸਿੱਧੂ ਆਉਂਦੇ ਨੇ ਉੱਥੇ ਜਦੋਂ ਲੜਾਈ ਹੁੰਦੀ ਹੈ ਤਾਂ ਇਹ ਕਹਿ ਕੇ ਮੀਟਿੰਗ ਖਤਮ ਹੁੰਦੀ ਹੈ ਕੋਈ ਗੱਲ ਨਹੀਂ ਕੱਲ ਨੂੰ ਮੈਂ ਆਪਣੇ ਵਾਲੀ ਪ੍ਰਧਾਨ ਗਲੀ ਮੀਟਿੰਗ ਬੁਲਾਉਂ ਤੈਨੂੰ ਉੱਥੇ ਦੇਖੂਗਾ ਅਗਲੇ ਦਿਨ ਉਹ ਬੁਲਾ ਲੈਂਦਾ ਹੈ ਉਹਦੇ ਅੰਡਰ ਚੰਨੀ ਤੇ ਜਾਖੜ ਆਉਂਦੇ ਨੇ ਜਦੋਂ ਉੱਥੇ ਲੜਾਈ ਹੁੰਦੀ ਹੈ ਉਹ ਕਹਿੰਦਾ ਕੋਈ ਗੱਲ ਨਹੀਂ ਇੱਕ ਕਮੇਟੀ ਦਾ ਮੈਂ ਵੀ ਪ੍ਰਧਾਨ ਆ ਤਹਾਨੂੰ ਮੈਂ ਦੇਖੂ ਪਰਸੋਂ ਨੂੰ ਉਹ ਉੱਥੇ ਬੁਲਾ ਲੈਂਦੇ ਨੇ ਉੱਥੇ ਲੜਾਈ ਹੁੰਦੀ ਹੈ ਤਾਂ ਪ੍ਰਤਾਪ ਬਾਜਵਾ ਕਹਿੰਦਾ ਮੈਨੀਫੈਸਟੋ ਤਾਂ ਮੈਥੋਂ ਲਿਖਾਉਣਾ ਹੈ ਤੁਹਾਨੂੰ ਚਾਰਾਂ ਪੰਜਾਂ ਨੂੰ ਮੈਂ ਦੇਖੂ ਜਦੋਂ ਉੱਥੇ ਲੜਾਈ ਹੁੰਦੀ ਹੈ ਤਾਂ ਅੰਮਕਾ ਸੋਨੀ ਕਹਿੰਦੀ ਹੈ ਮੈਂ ਤਾਲਮੇਲ ਕਮੇਟੀ ਦੀ ਪ੍ਰਧਾਨ ਨਾ ਕਿਸੇ ਚ ਤਾਲ ਹੈ ਨਾ ਕਿਸੇ ਚ ਮੇਲ ਹੈ ਉਹ ਕਹਿੰਦੀ ਮੈਂ ਤੁਹਾਨੂੰ ਸਾਰਿਆਂ ਨੂੰ ਬੁਲਾਉ ਆ ਇੱਕ ਤਮਾਸ਼ਾ ਬਣ ਗਿਆ ਇਹੋ ਜਿਹੇ ਬੰਦੇ ਪੰਜਾਬ ਨੂੰ ਭਵਿੱਖ ਦੇ ਸਕਦੇ ਇਹ 5 ਸਾਲ ਮੰਗ ਰਹੇ ਨੇ ਐ ਸਰਕਾਰ ਦੇ ਨਾਂ ਤੇ ਜਿਹੜੀ ਚੱਲ ਰਹੀ ਹੈ ਹੁਣ ਕੀ ਇਹੋ ਜਿਹੇ ਸੀੜੀ ਸਿਆਪੇ ਵਾਲੇ ਲੋਕ ਜਿਨ੍ਹਾਂ ਨੇ ਹਰ ਰੋਜ਼ ਇੱਕ ਦੂਜੇ ਨੂੰ ਗਾਲਾਂ ਕੱਢਣੀਆਂ ਟਵੀਟ ਕਰਨੇ ਇੱਕ ਦੂਜੇ ਦੇ ਵਿਰੁੱਧ ਕੀ ਉਹ ਪੰਜਾਬ ਦੇ ਲੋਕਾਂ ਨੂੰ ਫਿਊਚਰ ਦੀ ਕੋਈ ਪਲਾਨਿੰਗ ਦੇ ਸਕਦੇ ਜਿਨ੍ਹਾਂ ਨੂੰ ਆਪਦੇ ਫਿਊਚਰ ਦਾ ਨਹੀਂ ਪਤਾ ਚੰਨੀ ਕੋਲੇ ਕੱਚੇ ਅਧਿਆਪਕ ਗਏ ਕਿ ਚੰਨੀ ਸਾਹਿਬ ਸਾਨੂੰ ਪੱਕੇ ਕਰ ਦੋ ਚੰਨੀ ਸਾਹਿਬ ਕਹਿੰਦੇ ਕਿਆ ਗੱਲ ਕਰ ਰਿਹਾ ਯਾਰ ਮੈਂ ਤਾਂ ਆਪ ਕੱਚਾ ਫਿਰਦਾ ਮੇਰੇ ਤਾਂ ਆਪ ਨਹੀਂ ਪਤਾ ਮੈਨੂੰ ਮੇਰਾ ਕੀ ਹੋਣਾ ਪੋਸਟਰ ਲਾਤੇ ਸਾਰੇ ਪੰਜਾਬ ਵਿੱਚ 36000 ਮੁਲਾਜ਼ਮ ਪੱਚੇ ਕੀ ਪੱਕੇ ਕੀਤੇ 36 ਗਿਣਾਓ ਜੀ 1000 ਛੱਡੋ 36 ਮਤਲਬ ਸਰਕਸ ਬਣ ਗਈ ਪੰਜਾਬ ਦੀ ਜਿਹੜੀ ਗਵਰਨਮੈਂਟ ਹੈ ਤੇ ਇਹੋ ਜੇ ਮਾਹੌਲ ਦੇ ਵਿੱਚ ਲੋਕ ਜਿਹੜੇ ਨੇ ਉਹ ਆਪਣੇ ਆਪ ਨੂੰ ਲਾਹਵਾਰਸ ਆਪਣੇ ਆਪ ਨੂੰ ਕਿਤੇ ਨਾ ਕਿਤੇ ਹਾਸ਼ੀਏ ਤੇ ਮਹਿਸੂਸ ਕਰ ਰਹੇ ਨੇ ਨਵਜੋਤ ਸਿੰਘ ਸਿੱਧੂ ਜਿੱਥੇ ਰੈਲੀ ਕਰਨ ਜਾਂਦੇ ਨੇ ਟਿਕਟਾਂ ਵੰਡਦੇ ਆ ਉਹ ਉਹ ਨਾਲ ਦੀ ਨਾਲ ਕਹਿ ਦਿੰਦੇ ਆ ਲੈ ਵੀ ਇੱਥੋਂ ਤਾਂ ਫਿਰ ਆ ਆਊਗਾ ਉਹ ਮੋੜੇ ਤੇ ਹੱਥ ਧਰ ਕੇ ਟਿਕਟਾਂ ਵੰਡਣ ਲੱਗੇ ਚੰਨੀ ਸਾਹਿਬ ਜਿੱਥੇ ਜਾਂਦੇ ਹੋ ਆਪਦੇ ਕੋਟੇ ਦੀਆਂ ਟਿਕਟਾਂ ਵੰਡਦੇ ਆ ਸਿੱਧੂ ਸਾਹਿਬ ਫਤੇਜੰਗ ਬਾਜਵਾ ਨੂੰ 10000 ਤੇ ਜਿਤਾਇਆ ਏ ਕਾਦੀਆਂ ਤੋਂ ਵੀ 10000 ਤੇ ਜਿੱਤੂਗਾ ਤੇ ਫਿਰ ਮੈਂ ਧੰਨਵਾਦ ਰੈਲੀ ਕਰਨ ਆਉਂਗਾ ਅਗਲੇ ਦਿਨ ਉਹਨਾਂ ਦੇ ਭਰਾ ਪ੍ਰਤਾਪ ਬਾਜਵਾ ਸੋਨੀਆ ਗਾਂਧੀ ਤੋਂ ਚਿੱਠੀ ਲੈ ਕੇ ਆਈ ਟਿਕਟ ਤਾਂ ਮੈਨੂੰ ਮਿਲੀ ਏ ਮੇਰੇ ਭਰਾ ਦਾ ਜੋ ਮਰਜੀ ਪਰਮਾਤਮਾ ਆਪੀ ਕਰੂਗਾ ਸੋ ਇਹੋ ਜੇ ਮਾਹੌਲ ਦੇ ਵਿੱਚ ਕੀ ਇਹੇ ਮੰਗ ਸਕਦੇ ਲੋਕਾਂ ਤੋਂ ਕਿ ਸਾਨੂੰ 5 ਸਾਲ ਹੋਰ ਦੇ ਦਿਓ ਇਹਨਾਂ ਤੋਂ ਇਹ 80 90 ਦਿਨ ਇਕੱਠੇ ਨਹੀਂ ਰਹਿ ਸਕੇ 80 90 ਦਿਨ ਸਿਰਫ 2 ਏਜੀ ਬਦਲਤੇ 2 ਡੀਜੀ ਬਦਲਤੇ ਰਾਤੋਂ ਰਾਤ ਸੋਤਾ ਸਾਬ ਗਏ ਅੱਜ ਚਟੋਪਾਦਿਆ ਆ ਗਏ ਮੁੱਲ ਨੂੰ ਕੋਈ ਪਤਾ ਹੀ ਨਹੀਂ ਕਿ ਕੀ ਹੋ ਰਿਹਾ ਤਾਂ ਇਹੋ ਜਿਹੇ ਮਾਹੌਲ ਚ ਇਹ ਬੱਚਿਆਂ ਦੇ ਫਿਊਚਰ ਦੀਆਂ ਗੱਲਾਂ ਜਾ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀਆਂ ਗੱਲਾਂ ਜਾਂ ਇਲਾਜ ਦੀਆਂ ਗੱਲਾਂ ਜਾਂ ਵਧੀਆ ਸਕੂਲ ਜਾਂ ਹਸਪਤਾਲ ਦੀਆਂ ਗੱਲਾਂ ਕਰ ਸਕਦੇ ਕੌਣ ਕਰੂਗਾ ਇਹਨਾਂ ਚੋਂ ਚੰਨੀ ਸਾਹਿਬ ਤਾਂ ਹੁਣ ਗੱਲ ਗੁਰਦਾਸਪੁਰ ਕੀ ਹੋਇਆ ਚੰਨੀ ਸਾਹਿਬ ਗਏ 12 ਵਜੇ ਰੈਲੀ ਸੀ ਲੋਕ ਨਹੀਂ ਆਏ ਤਬ ਵਾਪਸ ਆਉਣਾ ਪੈ ਗਿਆ ਮੈਂ ਕਿਹਾ ਜੀ ਹੁਣ ਇੱਥੇ ਬੜਾ ਵਧੀਆ ਗਰਾਊਂਡ ਸੀਗਾ ਤੇ ਖੁੱਲਾ ਗਰਾਊਂਡ ਸੀਗਾ ਇੱਥੇ ਬਾਂਦਰ ਕਿਲਾ ਖੇਡ ਲੈਂਦੇ ਫਿਰ ਅੱਜ ਇੱਥੇ ਗੁੱਲੀ ਡੰਡਾ ਖੇਡ ਲੈਂਦੇ ਅੱਜ ਹੁਣ ਗ੍ਰਹਿ ਮੰਤਰੀ ਨੇ ਰੰਦਾਬਾਸਾ ਨਾਕੇ ਤੇ ਖੜ ਕੇ ਕਿਸੇ ਐਸਐਸਓ ਨੂੰ ਸਸਪੈਂਡ ਕਰ ਦਿੰਦੇ ਆ ਬਈ ਇਹ ਕੰਮ ਤੁਸੀਂ ਆਰਡਰ ਦੇ ਕੇ ਕਰੋ ਤੁਸੀਂ ਗ੍ਰਹਿ ਮੰਤਰੀ ਦਾ ਕੰਮ ਹੈ ਅਮਨ ਕਾਨੂੰਨ ਨੂੰ ਕਾਇਮ ਰੱਖਣਾ ਔਰ ਪਾਲਿਸੀਜ਼ ਬਣਾਉਣੀਆਂ ਔਰ ਕਿਵੇਂ ਕ੍ਰਾਈਮ ਘਟੋਵੇ ਉਹਦੇ ਬਾਰੇ ਗੱਲ ਕਰਨੀ ਹੁਣ ਅੱਜ ਬਿਆਨ ਆ ਗਿਆ ਕਿ ਅੰਦਰ ਕਰ ਦਿਆਂਗੇ ਜੀ ਕਿੰਨੇ ਦਿਨਾਂ ਲਈ ਅੰਦਰ ਕਰੋਗੇ ਉਹ ਅਗਲੇ ਦਿਨ ਜ਼ਮਾਨਤ ਤੇ ਬਾਹਰ ਆ ਜਾਣਗੇ ਰਾਜੀਪੜਿੰਗ ਨੇ ਕੀ ਕੀਤਾ ਬੱਸਾਂ ਫੜ ਲੀਆਂ ਫੇਸਬੁੱਕ ਤੇ ਹੋ ਗਈ ਬੱਲੇ ਬੱਲੇ ਸ਼ੇਰਾ ਸ਼ੇਰ ਪੰਜਾਬ ਦਾ ਆ ਗਿਆ ਮੰਤਰੀ ਇਹੋ ਜਿਹੇ ਹੁੰਦੇ ਨੇ ਮੰਤਰੀ 4 ਦਿਨਾਂ ਬਾਅਦ ਹਾਈ ਹਾਈ ਕੋਰਟ ਨੇ ਸਾਰੀਆਂ ਬੱਸਾਂ ਕਲੀਅਰ ਕਰਤੀਆਂ ਬੱਸ ਉਹ ਕਹਿੰਦਾ ਮੈਂ ਕੀ ਕਰਾਂ ਹੁਣ ਕਿਉਂਕਿ ਕੱਚੇ ਪੈਰੀਂ ਹੱਥ ਪਾਉਂਦੇ ਨੇ ਪੱਕੇ ਪੈਰੀਂ ਨਹੀਂ ਪਾਉਂਦੇ ਸਬਰ ਵਾਲੇ ਵੇ